ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਹੂੰ ਆਪਕਾ ਮੇਜ਼ਬਾਨ ਮੁਸੱਈਬ ਹਾਂ ਬਲੋਚ, ਔਰ ਆਪ ਦੇਖ ਰਹੇ ਹਾਂ ਹਮਾਰਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਵਿਦ ਐਮ ਕੇ। ਜੀ ਦੋਸਤੋ, ਪਹੁੰਚੇ ਹਾਂ ਬਿਲਾਲ ਕੈਟਲ ਫਾਰਮ ਮੇਂ। ਤੋ ਜਿਸ ਤਰ੍ਹਾਂ ਪਹਿਲੇ ਹਰ ਜੁਮੇਰਾਤ ਔਰ ਇਤਵਾਰ ਕੋ ਵੀਡੀਓ ਬਣਤੀ ਹੈ, ਹਮ ਆਪਕੇ ਲੀਏ ਨਈ ਲਾਟ ਲੈ ਕਰ ਹਾਜ਼ਰ ਹੋਤੇ ਹਾਂ। ਤੋ ਆਜ ਫਿਰ ਇੱਕ ਨਈ ਲਾਟ ਕੇ ਸਾਥ ਹਾਜ਼ਰ ਹੋਏ ਹਾਂ। ਤੋ ਡੇਟ ਹੈ 1 ਸਤੰਬਰ 2024। ਤੋ ਬਿਲਾਲ ਭਾਈ ਕੇ ਪਾਸ ਚਲਤੇ ਹਾਂ। ਜੋ ਭਾਈ ਕੁਰਬਾਨੀ 2025 ਕੇ ਲੀਏ ਜਾਂ ਫੈਟਰਿੰਗ ਕੇ ਲੀਏ ਜਾਨਵਰ ਖਰੀਦਣਾ ਚਾਹਤੇ ਹੈ, ਤੋ ਨੰਬਰ ਆਪਕੋ ਸਕਰੀਨ ਪੇ ਮਿਲ ਜਾਏਗਾ, ਭਾਈ ਬਿਲਾਲ ਸੇ ਰਾਬਤਾ ਕਰ ਸਕਦੇ ਹੈਂ। ਤੋ ਚਲਤੇ ਹੈਂ ਬਿਲਾਲ ਭਾਈ ਕੇ ਪਾਸ, ਮਨਵਾ ਲੇਤੇ ਹੈਂ। ਉਸਸੇ ਪਹਿਲੇ ਜੋ ਭਾਈ ਚੈਨਲ ਪਰ ਨਯਾ ਹੈ, ਚੈਨਲ ਕੋ ਸਬਸਕ੍ਰਾਈਬ ਕਰ ਲੈਂ ਔਰ ਸਾਥ ਘੰਟੀ ਕੇ ਨਿਸ਼ਾਨ ਕੋ ਦਬਾ ਦੇ। ਤੋ ਚਲਤੇ ਹੈਂ ਭਾਈ ਬਿਲਾਲ ਕੇ ਪਾਸ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਵੀਰ ਦਾ, ਕੀ ਨਾਮ? ਅਹਿਮਦ ਬਿਲਾਲ। ਬਿਲਾਲ ਭਾਈ, ਲੋਕੇਸ਼ਨ ਤੇ ਨੰਬਰ ਦੱਸੋ ਆਪਣਾ। ਜ਼ਿਲ੍ਹਾ ਆਪਣਾ ਉਕਾੜਾ ਹੈ, ਤਹਿਸੀਲ ਆਪਣੀ ਦੁਪਾਲਪੁਰ ਹੈ, ਸ਼ਹਿਰ ਆਪਣਾ ਰਾਜੋਵਾਲ ਹੈ। ਠੀਕ ਹੈ। ਰਾਜੋਵਾਲ ਤੋਂ 3 ਕਿਲੋਮੀਟਰ ਸਾਈਡ ਤੇ ਆਪਣਾ ਫਾਰਮ ਹੈ, ਸਟਾਪ ਹੈ ਆਪਣਾ ਕੌੜੇ ਸਿਆਲ ਪਟਰੋਨ ਚੌਕੀ। ਅੱਛਾ। 1 ਕਿਲੋਮੀਟਰ ਥੱਲੇ ਆਪਣਾ ਪਿੰਡ ਚੋਕ ਡੋੜੀ ਬਲੋਚਾਂ ਵਾਲਾ। ਅਗਰ ਕੋਈ ਪਰਾ ਲਾਹੌਰ ਵਾਲੀ ਸਾਈਡ ਤੋਂ ਆਉਣਾ, ਲਾਹੌਰ 105 ਕਿਲੋਮੀਟਰ, ਗੁਜਰਾਤ 240 ਕਿਲੋਮੀਟਰ, ਨਾਰੋਵਾਲ 210 ਕਿਲੋਮੀਟਰ, ਗੁਜਰਾਂਵਾਲਾ 190 ਕਿਲੋਮੀਟਰ, ਸ਼ੇਖਪੁਰਾ 170 ਕਿਲੋਮੀਟਰ, ਮੰਡੀ ਪਿੰਡ ਇਸਲਾਮਾਬਾਦ 420 ਕਿਲੋਮੀਟਰ, ਜੀ ਫੈਸਲਾਬਾਦ 169 ਕਿਲੋਮੀਟਰ, ਮੁਲਤਾਨ 270 ਕਿਲੋਮੀਟਰ, ਉਕਾੜਾ 55 ਕਿਲੋਮੀਟਰ ਤੇ ਆਪਣਾ ਕਸੂਰ 65 ਕਿਲੋਮੀਟਰ। ਮੋਬਾਈਲ ਨੰਬਰ ਬੋਲੋ। ਹਾਂ, 0307-45-18-079। ਅੱਛਾ, ਮੈਂ ਇਹਨੇ ਵਟਸਐਪ ਬਣੀ ਹੈ ਨਾ, ਬਣੀ ਵਟਸਐਪ ਮੈਨੂੰ। ਮੈਂ ਅੱਗੇ ਵੀ ਡੇਟ ਦੱਸ ਦਿੱਤੀ, ਹੁਣ ਦੁਬਾਰਾ ਡੇਟ ਦੱਸ ਰਿਹਾ। 1 ਸਤੰਬਰ 2024 ਦੀ ਵੀਡੀਓ ਹੈ ਜੀ, ਬਿਲਕੁਲ ਦੇਣਾ ਇਤਵਾਰ ਦਾ, ਜਿਹੜੇ ਭਰਾ ਲਾਟ ਦੱਸਿਆ ਖੜੀ 20-30 ਜਾਨਵਰਾਂ ਦੀ ਲਾਟ। ਅੱਛਾ, ਇਹਨਾਂ ਜੋ ਸਭ ਤੋਂ ਪਹਿਲੇ ਜਿਹੜੀ ਗੱਲ, ਉਹ ਵਜ਼ਨ ਦੱਸੋ, ਵਜ਼ਨ ਇਹਨਾਂ ਕਿੰਨਾ ਹੈ? ਤੁਹਾਡਾ ਵਜ਼ਨ 140 ਕਿਲੋ ਕਹਣਾ ਤੇ ਕਹਣਾ 170 ਕਿਲੋ, ਲੇਕਿਨ ਇਹ ਜੋ ਵੀ ਮੇਰੇ ਵੀਰਾਂ ਸਾਹਮਣੇ ਹੈ। ਅੱਛਾ, ਚੀਜ਼ਾਂ ਰੱਖੂਣੇ ਸੋਹਣੀਆਂ ਨੇ, ਬੇਨਸਲਾ ਮਾਲ ਨਹੀਂ, ਬੇਨਸਲਾ ਹੋਵੇ ਤਾਂ ਪੈਸਾ ਇੱਕ ਨਹੀਂ ਲੈਣਾ। ਜਿਹੜਾ ਆਪਣੇ ਕੋਲ ਮਾਲ ਹੈ ਇਹ ਰਾਖੂ ਮਾਲ ਹੈ, ਰਾਖੂ ਮਾਲ ਹੈ। ਇਹ ਗੁਰਬਾਨੀ ਵਾਸਤੇ ਵੀ ਇਸਤੇਮਾਲ ਕਰ ਸਕਦੇ ਨੇ, ਇਹਨੂੰ ਫੈਟਰਿੰਗ ਵਾਸਤੇ ਵੀ, ਫੈਟਰਿੰਗ ਵਾਸਤੇ ਵੀ ਲੈ ਕੇ ਜਾ ਸਕਦੇ ਨੇ, ਦੋਵਾਂ ਚੀਜ਼ਾਂ ਵਾਸਤੇ ਯੂਜ਼ ਕਰ ਸਕਦੇ ਨੇ। ਅੱਛਾ, ਡਿਪੈਂਡ ਕਰਦਾ ਭਾਈਆਂ ਦੇ ਕਿਹੜੀ ਕਿਹੜੀ ਨਸਲ ਦਾ ਮਾਲ ਮਿਲਦਾ। ਦੇਸੀ ਸਾਈਵਲ ਮਾਲ ਆਪਣੇ ਕੋਲ, ਪਿਓਰ ਸਾਈਵਲ ਜੀ। ਕ੍ਰਾਸ ਹੈ ਜੀ ਕੋਨੀ? ਵਲੈਤੀ ਹੋਵੇ ਉਹ ਬੱਚਾ ਫ੍ਰੀ, ਕ੍ਰਾਸ ਗਰੰਟੀ ਨਹੀਂ। ਅੱਛਾ, ਹਾਂਜੀ, ਵਲੈਤੀ ਬੱਚਾ ਨਿਕਲ, ਬੱਚੇ ਫ੍ਰੀ, ਆਪਣਾ ਬਗਾਨਾ ਬੱਚਾ ਫ੍ਰੀ ਹੈ, ਉਹਦੇ ਵਾਸਤੇ 1 ਰੁਪਿਆ ਨਹੀਂ ਲਾਂਗੇ ਭਾਈਆਂ ਕੋਲ। ਅੱਛਾ, 130-130 ਤੋਂ ਲੈ ਕੇ 170 ਦਾ ਵਜ਼ਨ ਕਹਿ ਰਹੇ ਹੋ, ਇਹਨਾਂ ਦਾ ਐਵਰੇਜ ਕਿੰਨਾ ਦਾ ਗੱਲ ਪੜਾਂ ਦੀ? ਐਵਰੇਜ ਆਵੇਗੀ 140-150 ਦੀ, 140-150। ਲੇਕਿਨ ਵਜ਼ਨ ਦੇ ਹਿਸਾਬ ਨਾਲ ਮਾਲ ਨਹੀਂ ਦਿੱਤਾ ਜਾਂਦਾ, ਮਾਲ ਰੱਖੋ। ਅਗਰ ਵਲੈਤੀ ਬੱਚਾ ਲੈਣਾ, ਸਾਡਾ ਵਜ਼ਨ ਦੀ ਗੱਲ ਕਰਾਂ, ਵਜ਼ਨ ਤੇ ਲੈ ਕੇ ਦੇਵਾਂਗੇ। ਅੱਛਾ, ਇਹਨਾਂ ਨੂੰ 10-15 ਦਾ ਬੱਚਾ ਥੱਲੇ ਲਿਆ ਕੇ ਦੇਵਾਂਗੇ, ਕ੍ਰਾਸ ਵਲੈਤੀ। ਠੀਕ ਹੈ, ਇਸ ਮਾਲ ਨੂੰ 10-15 ਦਾ ਸਸਤਾ, 10-15 ਦਾ ਸਸਤਾ ਫ੍ਰੀ ਨਾਗ, ਉਹਦੀ ਕੀ ਉਹ ਕੁਆਲਿਟੀ ਮਾਰਕੀਟ ਦੇ ਵਿੱਚ? ਉਹ ਵਜ਼ਨ ਵੀ ਲੱਭ ਜਾਂਦਾ ਹੈ। ਠੀਕ ਹੈ, ਉਹ ਸੋਹਣਾ ਨਹੀਂ ਹੁੰਦਾ, ਸਿੰਗਲ ਹੁੰਦਾ, ਬੇਨਸਲਾ ਹੁੰਦਾ। ਅੱਛਾ, ਠੀਕ ਹੈ, ਉਹਨੂੰ ਫੈਟਰੀ ਵੀ ਨਹੀਂ ਪਸੰਦ ਕਰਦੀ। ਹਾਂ, ਆਪਣੇ ਇਲਾਕੇ ਦੇ ਵਿੱਚ ਰਾਖੂ ਤਿਆਰ ਮਤੇ ਕਰ ਲੈਂਦੇ, ਉਹ ਰਾਖੂ ਵੀ ਨਹੀਂ ਸਹੀ ਵਿਕਦਾ। ਨਹੀਂ, ਤੂੰ ਇਹ ਵੀ ਕਰ ਸਕਦਾ, ਇਹਦੇ ਵਿੱਚ ਕੋ 2-4 ਬੱਚੇ ਸਸਤੇ ਲਿਆ ਕੇ ਤੋਂ ਦਿੱਤੇ, ਕਿਉਂ ਨਹੀਂ ਕਰਨਾ? ਬੈਠੇ ਆ, ਕੰਮ ਸੁਥਰਾ ਕਰਨਾ ਹੈ, ਰੋਜ਼ੀ 500 ਲੈਣੀ ਹੈ। ਅੱਛਾ, ਸਾਡੇ ਕੋਲ ਵੀਰ ਆਉਣ, ਉਹ ਵੀ ਲੈ ਕੇ ਜਾਣ, ਉਹਨਾਂ ਦੇ ਕੋਲ ਰੋਜ਼ੀ ਬੱਚੇ, ਹਾਏ ਇਹ ਮਾਲ ਉਹਨਾਂ ਦੇ ਵੇਚਣੇ ਟਾਈਮ ਆਵੇ, ਉਹ ਵੀ ਟਿਕਟਾਂ ਨਾਲ ਜਾਵੇ, ਉਹਨਾਂ ਕੋਲ ਵੀ ਟਿਕਟਾਂ ਨਾਲ ਜਾਏ। ਸਾਡੇ ਕੋਲ 2000 ਮਹਿੰਗਾ ਲੈ ਕੇ ਜਾਂਦੇ, ਬਲਕਿ ਉਹਨਾਂ 10000 ਮਹਿੰਗਾ ਵੇਚਣਾ ਹੈ। ਬਿਲਕੁਲ ਜੀ, ਉਹ ਸਮਝ ਸਿਰ ਦੇ ਕਿਵੇਂ ਗੱਲ ਹੈ, ਮਾਲ ਹੈ। ਠੀਕ ਹੈ, ਹਾਂਜੀ। ਅੱਛਾ, ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਮਾਲ ਜਿਹੜਾ ਦੇਣਾ ਕੁਆਲਿਟੀ ਵਾਲਾ ਦੇਣਾ? ਕੁਆਲਿਟੀ ਵਾਲਾ ਦੇਣਾ, ਬੇਨਸਲਾ ਮਾਲ ਦੇ। ਹਾਲਾਂਕਿ ਮਿਕਸ ਕਰਕੇ ਵੀ ਦੇ ਸਕਦੇ ਦੇ? ਨਹੀਂ, 2 ਨੰਬਰੀ ਕਰਨੀ ਨਹੀਂ, 2 ਨੰਬਰੀ ਨਹੀਂ ਕਰਨੀ, ਕੰਮ ਕਰਨਾ ਥੋੜਾ ਕਰਨਾ। ਅੱਛਾ, ਬਲੋ ਸਾਹਿਬ, ਬੱਚਿਆਂ ਨੂੰ ਕੋਈ ਰੇਟ ਪੁੱਛਣੇ ਆਉਂਦੀ, ਰੀਜ਼ਨ ਆਉਂਦੀ, ਕੋਈ ਜੇ ਭਰਾ ਨਹੀਂ ਪਤਾ ਹੁੰਦਾ, ਨਵੇਂ ਭਰਾ ਆਉਂਦੇ ਨੇ, ਉਹਨਾਂ ਪਤਾ ਆਹ ਬੱਚਾ ਜਿਹੜਾ ਕਿੰਨੇ ਵਜ਼ਨ ਦਾ,
ਆਹ ਵਜ਼ਨ ਜਨਾਬ ਇਹਦਾ ਲਾਈਏ ਤੇ 200 ਕਿਲੋ ਆ ਜਾਣਾ ਹੈ। 200 ਕਿਲੋ 200 ਕਿਲੋ ਲੇਕਿਨ ਅਸੀਂ ਇਹ ਗੱਲ ਕਰਨੀ ਜੋ ਭਾਈਆਂ ਦੇ ਸਾਹਮਣੇ ਹੈ। ਅੱਛਾ, ₹1,10,000 ਦਾ ਤੇ 200 ਕਿਲੋ ਦਾ ਬੱਚਾ ਹੈ। 1,10,000 ਇਹਦੇ ਨਸਲ ਦੱਸੋ ਕਿਹੜੀ ਹੈ? ਦੇਸੀ ਹੈ ਜਨਾਬ, ਦੇਸੀ। ਅਗਲੇ ਬੱਚੇ ਦੱਸੋ। ਹਾਂ ਇਹ ਜਨਾਬ ਲਵੇ ਤੇ ਪੂਰੀ ਕਾਪੀ ਦਾ, ਪੂਰੀ ਕਾਪੀ ਦਾ ਜੀ ਬਿਲਕੁਲ। ਅੱਛਾ, ਇਹ ਆ ਲੱਖ ਦਾ, ਆ 1,05,000 ਦਾ, 10,000 ਦਾ। ਪਿਆਰ ਮੁਹੱਬਤ ਇਹਦੇ ਜੇਗਾ ਕਿ ਨਹੀਂ? ਪਿਆਰ ਮੁਹੱਬਤ ਕਿਲੇ ਮੌਕੇ ਦੇ ਆਉਂਦੇ ਓਲੇ ਹੋਵੇਗਾ। ਹੋਰ 10 ਲਵੇ 95,000 ਨੂੰ, ਅਗਰ ਆਪਣਾ 20 ਲਵੇ 90,000 ਨੂੰ, ਅਗਰ ਤੀਆਂ ਬੱਚਿਆਂ ਦੀ ਪੂਰੀ ਲਾਟ ਲੈਂਦਾ, ਲਾਟ ਲੈਂਦਾ ਤੀਆਂ ਬੱਚਿਆਂ ਦੀ, ਤੇ 87,000 ਨੂੰ, 87,000 ਨੂੰ 86,000 ਨੂੰ ਦੇ ਦਿਆਂਗੇ। 86,000 ਨੂੰ 80,000 ਨੂੰ ਫਾਈਨਲ, 85,000 ਨੂੰ 85,000 ਨੂੰ 84,000 ਨੂੰ ਪੂਰੀ ਲਾਟ ਚੁੱਕੇ। ਪੂਰਾ ਪੰਜਾਬ ਡਿਲੀਵਰੀ ਫ੍ਰੀ ਹੈ, ਪੂਰਾ ਪੰਜਾਬ ਆ ਪੂਰੀ ਲਾਟ ਚੁੱਕੇ ਦੇ, ਪੂਰਾ ਪੰਜਾਬ, ਪੂਰਾ ਪੰਜਾਬ ਡਿਲੀਵਰੀ ਫ੍ਰੀ ਹੈ। 85,000 ਦਾ ਪੁੱਠਾ ਤੀਆਂ ਬੱਚਿਆਂ ਦੇ, ਪੂਰਾ ਪੰਜਾਬ ਡਿਲੀਵਰੀ ਫ੍ਰੀ ਹੈ। 15 ਦੀ ਕੋਈ ਨਹੀਂ ਕਿ 20 ਦੀ ਵੀ ਡਿਲੀਵਰੀ ਹੋਵੇਗੀ। 20 ਬੱਚਿਆਂ ਦੇ ਕਿੰਨਾ ਬਾਰ ਡਿਲੀਵਰੀ ਫ੍ਰੀ ਹੈ? 2 ਕਿਲੋਮੀਟਰ ਤੱਕ ਉਹਦੀ ਡਿਲੀਵਰੀ ਫ੍ਰੀ ਹੈ, ਉਹਦੀ ਡਿਲੀਵਰੀ। ਅਗਰ 20 ਬੱਚਿਆਂ ਦੀ ਲਾਟ ਲੈਂਦਾ ਉਹ ਕਿੰਨੇ ਨੂੰ ਮਿਲੇਗੀ? ਉਹ ਮਿਲੇਗੀ ਆਪਣਾ 90,000 ਨੂੰ, 90,000 ਨੂੰ। ਅਗਰ 30 ਬੱਚਿਆਂ ਲੈਂਦਾ ਉਹ 85,000, 85,000 ਨੂੰ। ਅਗਰ 15 ਬੱਚਿਆਂ ਦੇ ਲੈਂਦਾ ਜਾਂ 10 ਹੀ ਲੈਂਦਾ ਉਹ 95,000, ਉਹ 95,000 ਨੂੰ। ਬਿਲਕੁਲ। ਅੱਛਾ, ਇਹਦੇ 'ਚ ਇੱਕਾ ਦੁੱਕਾ ਬੱਚੇ ਵੀ ਲੈ ਸਕਦੇ ਹਾਂ? ਮੌਕੇ ਦਾ ਮਿਲ ਲੈਂਦੇ, 1 ਲਵੇ, 2 ਲਵੇ, 10 ਲਵੇ। ਅੱਛਾ, ਖੁਸ਼ ਹੁੰਦੇ ਕਿ ਸਾਡਾ ਭਰਾ ਇੱਕ ਤੋਂ ਕੰਮ ਸ਼ੁਰੂ ਕਰਦਾ ਪਿਆ, ਸਾਡੇ ਰੰਗ ਆਵੇ, ਸਾਡੇ ਕੋਲ ਲੈ ਕੇ ਜੇ, ਇੱਕ ਲੈ ਕੇ ਜਾ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਬਿਲਕੁਲ, ਅਸੀਂ 20 ਬੱਚੇ ਦੀ ਖੁਸ਼ੀ ਨਹੀਂ ਹੁੰਦੀ ਕਿੰਨਾ ਕੋਈ ਸਾਡੇ 1 ਲੈ ਕੇ ਜਾ ਖੁਸ਼ ਹੁੰਦੀ, ਯਾਰ ਤੂੰ ਭਰਾ ਸ਼ਾਮਲ ਸਾਡੇ ਨਾਲ ਹੁੰਦਾ ਪੈਣਾ। ਠੀਕ ਹੈ, ਅਸੀਂ ਕੋਈ ਨਾ ਕੋਈ ਸਾਡੇ ਨਾਲ ਸ਼ਾਮਲ ਹੋ, ਕੰਮ ਕਰੋ। ਬਿਲਕੁਲ ਚਾਹੀਦਾ, ਅਗਰ ਅੱਜ 1 ਲੈ ਕੇ ਜਾਂਦਾ 2 ਮਹੀਨੇ ਬਾਅਦ 2 ਬੱਚੇ ਮਾਲਕ ਹੋਵੇਗਾ। ਕਿਵੇਂ ਗੱਲ ਹੈ, ਜਾਂਦਾ 2 ਮਹੀਨੇ ਬਾਅਦ 4 ਦਾ ਮਾਲਕ ਹੋਵੇਗਾ। ਬਿਲਕੁਲ ਜੀ, ਇਹ ਕੰਮ ਹੀ ਐਸਾ ਹੈ। ਠੀਕ ਹੈ, ਇਹਦਾ ਨੁਕਸਾਨ ਨਹੀਂ ਹੈਗਾ, ਫਾਇਦਾ, ਨਫਾ ਹੈ। ਕਿਵੇਂ ਗੱਲ ਹੈ, ਅਗਰ 1 ਲੱਖ ਲਾਓਗੇ, 1 ਲੱਖ ਨਾਲ 2 ਮਹੀਨੇ ਬਾਅਦ 50 ਰਲਣਾ ਹੀ ਘਟਣਾ ਕੋਈ ਨਹੀਂ। ਅੱਛਾ, 1 ਲੱਖ ਰੁਪਇਆ ਬੰਦੇ ਕੋਲ ਹੈਗਾ ਹੈ ਜੀ, ਉਹ ਬੱਚਾ 1 70,000 ਲਵੇ, 80,000 ਲਵੇ, ਜਾਂ 1 ਲੱਖ ਪੂਰੇ ਦੇ ਲੈ ਲਵੇ, ਉਹ 80-85 ਜਾਂ 90 ਦਾ ਬੱਚਾ ਲਵੇ ਜੀ, ਠੀਕ ਹੈ, 20 ਦਾ ਖਰਚਾ ਰੱਖ ਲਵੇ, 15 ਖਰਚਾ ਰੱਖ ਲਵੇ। ਅੱਛਾ, ਉਹ 2 ਮਹੀਨੇ ਤਿਆਰ ਕਰੇ, 2 ਬੱਚੇ ਲੈ ਜਾਵੇ, ਇਹਦੇ ਵਿੱਚ ਜਗ੍ਹਾ ਦਰਕਾਰ ਹੈ? ਜਗ੍ਹਾ ਨਾ ਵੀ ਹੋਵੇ, ਆਪਣੇ ਘਰ ਦੇ ਵਿੱਚ ਨਾ ਪਲ ਜਾਂਦਾ, ਪਲ ਜਾਂਦੇ ਨੇ ਜੀ। 2 ਬੱਚੇ ਹੋ, ਐਸਾ ਮੈਨਰ ਸੈਟਅਪ ਨਾ ਕਰੇ ਮੁਕੰਮਲ, ਕਿਹੜੇ ਪੈਸੇ ਉਹ ਆਪਣੇ ਮਾਲ ਦੇ ਇਨਵੈਸਟਮੈਂਟ ਕਰੇ। ਅੱਛਾ, ਇਹਨਾਂ ਵਿੱਚੋਂ ਕਮਾ ਕੇ ਆਪਣੇ ਸੈਟਅਪ ਕਰੇ, ਇਹਦੇ ਵਿੱਚੋਂ ਕਮਾ ਕੇ ਇਹਦੇ ਉੱਤੇ ਨੂੰ ਬੰਦੇ ਹੁੰਦੇ ਨੇ 20-25 ਲੱਖ ਗੋਲ ਹੁੰਦਾ, ਉਹ 20-25 ਵਿੱਚੋਂ 15 ਲੱਖ ਜਗ੍ਹਾ ਲਾ ਦਿੰਦੇ, 10 ਲੱਖ ਉਹ ਨੁਕਸਾਨ ਖਾਂਦੇ ਨੇ। ਹਾਂ ਬਿਲਕੁਲ, ਛੱਪੜਾ ਪਾਓ, ਚੰਗਾ ਮੰਗਾ ਸੈਟਅਪ ਕਰੋ, ਬਿਲਕੁਲ ਮਾਲ ਲੈ ਕੇ ਪਾਓ, ਇਹਦੇ ਵਿੱਚ ਕਮਾ ਕੇ ਫਰੀ ਜਾਂਦਾ ਮੈਨੂੰ। ਬਿਲਕੁਲ ਬਿਲਕੁਲ ਜੀ ਬਿਲਕੁਲ, ਤੁਸੀਂ 20 ਲੱਖ ਲੈ ਕੇ ਮਾਲ ਪਾਇਆ ਨਾ 20 ਲੱਖ ਦਾ, ਉਧਰੋਂ ਕਮਾ ਕੇ ਸੈਟਅਪ ਤੇ ਲਾਓ। ਅੱਛਾ ਠੀਕ ਹੈ, ਕੈਸੀ ਗੱਲ ਹੈ, ਫਲਾਗ ਦੇ ਤੁਹਾਡਾ ਸੈਟ ਵੀ ਹੋ ਜਾਣਾ ਹੈ ਤੇ ਕੋਈ ਪੈਸੇ ਤੁਹਾਡੇ ਉਹਨੇ ਉਹਨੇ ਰਹਿ ਜਾਣਾ। ਹਾਂ ਬਿਲਕੁਲ, ਤੁਹਾਡਾ ਸ਼ੈੱਡ ਵੀ ਬਣ ਜਾਣਾ, ਤੁਹਾਡੇ ਪੈਸੇ ਵੀ ਪੂਰੇ, ਤੁਹਾਨੂੰ ਪ੍ਰੋਫਿਟ ਵੀ, ਤੁਹਾਨੂੰ ਤਜਰਬਾ ਵੱਧ ਜਾਣਾ ਕਾਫੀ। ਅੱਛਾ, ਐਂਡ ਤੇ ਕੀ ਮਸ਼ਵਰਾ ਦੇਣਾ ਚਾਹੁੰਦੇ ਤੇ? ਐਂਡ ਤੇ ਅਸੀਂ ਇਹ ਕਹਾਂਗੇ, ਬੈਂਕਾਂ 'ਚ ਰੱਖਦੇ ਪੈਸੇ ਸਾਡੇ ਬਰਾਬਰ ਬੈਠੇ ਨੇ ਨਾ ਜੀ, 1 ਸਾਲ ਰੱਖਦੇ ਬੈਂਕ 'ਚ ਬੈਠੇ ਰਹਿਣ, ਉਹ ਉੱਥੋਂ ਕੱਟਣੇ ਨੇ, ਵਧਣੇ ਕੋਈ ਨਹੀਂ ਨੇ। 1 ਸਾਲ ਉਹ 10 ਲੱਖ ਲਾਉਣ ਇਸ ਬੱਚਿਆਂ ਦੇ ਵਿੱਚ, ਠੀਕ ਹੈ, 1 ਸਾਲ ਦੇ ਵਿੱਚ ਉਹ ਕੰਨਾਂ ਵਾਲੇ ਦਾ ਰੁਪਇਆ 17-18 ਲੱਖ ਹੋ ਜਾਏਗਾ। ਅੱਛਾ, ਬੈਂਕ ਵਾਲਾ ਫਾਇਦਾ, ਇੱਧਰ ਫਾਇਦਾ, ਇੱਧਰ ਫਾਇਦਾ, ਠੀਕ ਹੈ। ਫਿਰ ਆਪਣਾ ਕਾਰੋਬਾਰ ਹੈ, 10 ਲਵੇ, 5 ਲਵੇ, ਇਹ ਦੇਗਾ ਪ੍ਰਪੀ ਦੇ ਵਿੱਚ, ਇਹ ਦੇਗਾ ਨਾ ਸ਼ਿਰਕੇਬਾਜ਼ੀ ਦੇ ਵਿੱਚ, ਯਾਰ ਫਲਾਣੇ ਦੇ ਪੂਰੇ 15 ਬੱਚੇ ਖੜੇ ਜਾਂ 10 ਬੱਚੇ ਖੜੇ ਨੇ, ਨਾ ਹੁੰਦਾ। ਬਿਲਕੁਲ, ਪੂਰੇ ਮਾਲ ਖੜਾ ਹੋਵੇਗਾ ਨਾ ਪੈਸੇ ਵਾਲਾ, ਠੀਕ ਹੈ, ਤੁਸੀਂ ਕਿਸੇ ਕੋਲ ਜਾ ਕੇ 2 ਆਨੇ ਦਾਰੇ ਫੱਤ ਸਕਦੇ ਹੋ। ਬਿਲਕੁਲ, ਨਾ ਖੜਾ ਤੁਹਾਨੂੰ ਕਿਸੇ ਉਧਾਰਾ ਨਹੀਂ ਦੇਣਾ, ਨਹੀਂ ਦੇਣਾ, ਦੇਣਾ ਉਹਨਾਂ ਯਾਰ ਭੁੱਖਾ ਨੰਗਾ। ਬਿਲਕੁਲ ਠੀਕ ਹੈ, ਤੁਹਾਡੇ ਪੂਰੇ ਮਾਲ ਖੜਾ, ਤੁਹਾਡੇ ਹਰ ਪੈਸੇ ਠੱਗੀ ਲੱਗੇਗੀ, ਬੈਂਕਾਂ ਦਾ ਕੋਈ ਪਤਾ ਨਹੀਂ ਲੱਗਦਾ ਇਹਨੇ ਕੋਲ ਪੈ ਨੇ ਨਹੀਂ ਪੈ, ਇਹ ਮਾਲ ਤੁਹਾਡਾ ਡੇਰੇ ਤੇ ਖੜਾ, ਤੁਹਾਡੇ ਹਰ ਬੱਲੇ ਬੱਲੇ, ਠੀਕ, ਬੈਂਕ 'ਚ 20 ਲੱਖ ਰੱਖ ਲਓ, ਮਾਲ ਦੀ 10 ਬੰਨ ਲਓ, ਬੱਚੇ ਲੈ ਕੇ 5 ਲੱਖ ਲੈ ਕੇ ਬੰਨ ਲਓ, ਠੀਕ ਹੈ, ਬੱਲੇ ਬੱਲੇ ਹੋਣੀ ਹੈ, ਫਲਾਣੇ ਕੋਲ ਇੰਨਾ ਮਾਲ ਖੜਾ ਹੋਏ। ਬਿਲਕੁਲ। ਅੱਛਾ, ਮੈਂ ਤੁਹਾਡੀ ਗੱਲ ਇੱਕ ਟੋਕਣ ਲੱਗਿਆ,
ਤੁਸੀਂ ਇਹ ਦੱਸੋ ਕਿ ਆਇਆ ਕਿੰਨੇ ਬੱਚਿਆਂ ਨੂੰ ਕੰਮ ਸ਼ੁਰੂ ਕਰੇ, ਆਮ ਬੰਦਾ ਵੀ ਇਹ ਕਹਿੰਦੇ ਕੋਈ ਇੱਕ ਤੋਂ ਕਰ ਲਵੇ, ਦੋ ਤੋਂ ਕਰ ਲਵੇ, ਦਸ ਤੋਂ ਕਰ ਲਵੇ, ਅੱਛਾ ਲੱਖ ਤੋਂ ਕਰੇ, 50,000 ਤੋਂ ਸ਼ੁਰੂ ਕਰੇ, 2,00,000 ਤੋਂ ਕਰੇ, 10,00,000 ਤੋਂ ਕਰੇ, ਕਰੇ ਸਹੀ ਕੰਮ ਦੇ ਵਿੱਚ ਆਵੇ, ਸਹੀ ਕੰਮ ਕਰਨਾ ਚਾਹੀਦਾ, ਕਰਨਾ ਚਾਹੀਦਾ। ਮੈਂ ਇੱਕ ਰੀ ਆ ਜਾਏਗਾ ਇਨਸ਼ਾਅੱਲਾ ਸਾਡੇ ਬੱਚਿਆਂ ਨੂੰ ਸਾਨੂੰ ਦੋਵਾਂ ਦੇਗਾ। ਹਾਏ ਹਾਏ, ਬਾਕੀ ਕਿਸੇ ਬਰਾਂਡ ਮਸ਼ਵਰਾ ਦਿੱਤਾ ਵੀਡੀਓ ਜ਼ਰੀਏ, ਬਿਲਕੁਲ ਮੁਕੰਮਲ ਮਾਲੂਮਾਤ ਦਿਓਗੇ, ਮੁਕੰਮਲ ਮਾਲੂਮਾਤ ਦਿਆਂਗੇ, ਗਾਈਡ ਵੀ ਕਰਾਂਗੇ। ਅੱਛਾ, ਨਵੇਂ ਬੰਦੇ ਨੂੰ ਗਾਈਡ ਵੀ ਕਰਾਂਗੇ, ਮੁਕੰਮਲ ਮਾਲੂਮਾਤ ਦਿਆਂਗੇ ਨਾ ਕੀ ਖਾਣਾ ਜਾਂ ਕੀ ਪੀਣਾ। ਅੱਛਾ, ਇਹ ਗੱਲ ਯਾਨੀ ਕਿ ਮੁਕੰਮਲ ਇਨਫੋਰਮੇਸ਼ਨ ਐਂਡ ਤੱਕ ਤੁਸੀਂ ਪਾਲਣ ਤੱਕ ਕਰਾਂਗੇ, ਮਾਲ ਤਿਆਰ ਨਾ ਹੋਵੇਗਾ। ਸਹੀ ਹੋ ਗਿਆ ਬਲੋਚ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਕੀਮਤੀ ਟਾਈਮ ਦਿੱਤਾ, ਮਾਸ਼ਾਅੱਲਾ ਮਾਲ ਤੁਹਾਨੂੰ ਚੈੱਕ ਕਰਾਉਣੇ। ਇਹ ਕਿੰਨੇ ਦੇ ਰਹੇ ਛੋਟਾ ਬੱਚਾ? ਇਹ ਛੋਟਾ ਵੀ ਬਰਾ ਲਵੇ 85,000 ਦਾ, ਜਿਹੜਾ ਆਪਣੇ ਸਭ ਤੋਂ ਛੋਟਾ ਬੱਚਾ ਉਹ ਕਿੰਨੇ ਦਾ, ਵੱਡਾ ਕਿੰਨੇ ਦਾ? ਛੋਟਾ ਬੱਚਾ ਤੇ ਰਾਹ ਤੁਹਾਨੂੰ ਚੈੱਕ ਕਰਵਾ ਦੇਣਾ। ਅੱਛਾ, ਮਾਸ਼ਾਅੱਲਾ ਜੀ, ਲੈ ਕੇ ਨਾ ਜੀ, ਇਹ 75,000 ਦਾ, 75,000 ਦਾ ਲਾਡ, ਸਿਰਫ 85,000 ਦਾ, 85,000 ਜਿਹੜਾ ਕਲਾਸ 10 ਦਾ ਦੇ ਰਹੇ ਹੋ, ਲਾਡ ਸਿਰਫ 85,000 ਦਾ, ਪੱਕੀ ਗੱਲ ਹੈ। ਘੱਟ ਤੋਂ ਘੱਟ ਰੇਟ 75,000 ਦਾ ਮਾਲ ਹੈ ਚਿਗਾ, ਉਹ ਵੀ ਦੋ ਦਾਣੇ ਸਿਰ ਵੇਗੇ ਨੇ। ਤੁਸੀਂ ਇਹ ਤਾਂ ਨਹੀਂ ਰੇਟ ਲੈਗਾ ਆਪਣੇ ਕੋਲ ਜਨਾਬ 1,05,000 ਵਾਲਾ, ਇਹ ਤਾਂ ਨਹੀਂ ਕਰਨਾ ਮਾਲ ਵਿੱਚੋਂ 1,10,000 ਵਾਲਾ ਸਾਈਡ ਕਰ ਲੈਣਾ, ਆਪਣੇ ਚੱਕਰ ਹੀ ਨਹੀਂਗਾ। ਅਮਨ ਤੀਆ ਮਛੇਰੀ ਗੱਲ ਕਿ ਵੀਡੀਓ ਚੈੱਕ ਕਰ ਲੈਣ, ਬਿਲਕੁਲ ਮਾਲ ਹੋਵੇਗਾ, ਜੋ ਵੀਡੀਓ ਵਿਖਾਵਾਂਗੇ ਉਹੀ ਅੱਗੇ ਹੋਵੇਗਾ, ਵੀਡੀਓ ਉੱਤੇ ਲੱਗੀ ਹੋਵੇ ਨਾ ਹੋਵੇ, ਬੱਚੇ ਦੇ 1 ਰੁਪਿਆ, ਬਿਲਕੁਲ ਵੀਡੀਓ ਉੱਤੇ ਲੱਗੀ ਹੋਵੇ, ਤੁਸੀਂ ਮਾਲ ਪਸੰਦ ਕਰੋ, ਸੁਖਣੀ ਹੋਣ ਲੱਗ ਕੇ ਇੱਥੇ ਆ ਕੇ ਬੱਚਾ ਉਹ ਸੇਮ ਰੁਪਏ ਪਾਓ, ਘੁੰਮ ਕੇ ਆਵਾਂ ਮਾਰਕੀਟ ਆ, ਸਾਡਾ ਰੇਟ ਦੋ ਆਨੇ ਸਸਤਾ ਹੋਵੇ, ਸੜਕ ਮਾਲ ਲੈ ਕੇ ਜਾਵਾਂ ਨਾ ਹੋਵੇ ਨਾ ਲੈ ਕੇ ਜਾਵਾਂ, ਨਾ ਲੈ ਕੇ ਮਤਲਬ ਨੁਕਸਾਨ ਨਹੀਂ ਕਰਨਾ ਚਾਹੁੰਦੇ, ਬਿਲਕੁਲ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਗਰ ਆਪਕੋ ਮਾਰੀ ਵੀਡੀਓ ਅੱਛੀ ਲੱਗੀ, ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ, ਮਿਲਤੇ ਹੈਂ ਸਰ ਕੀ ਇੱਕ ਹੋਰ ਵੀਡੀਓ ਮੇਂ, ਤਬ ਤੱਕ ਮੇਜ਼ਬਾਨ ਮੁਸੱਈਅਬ ਬਲੋਚ ਕੋ ਇਜਾਜ਼ਤ ਜੀ, ਅੱਲਾਹ ਹਾਫਿਜ਼।